ਸਤਿ ਸ਼੍ਰੀ ਅਕਾਲ ਪੰਜਾਬੀਓ ਅੱਜ ਗੱਲ ਕਰਨ ਲੱਗਾ ਕਿ ਗੁੰਡਾ ਟੈਕਸ ਕੀ ਹੁੰਦਾ ਤੇ ਇੱਕ ਬੜਾ ਵੱਡਾ ਵਿਵਾਦ ਆ ਜਿਹੜਾ ਕੀ ਹੈ ਪਿਛਲੇ 1-2 ਦਿਨਾਂ ਤੋਂ ਜ਼ਿਆਦਾ ਗਰਮਾਇਆ ਹੋਇਆ ਜਿਹਦੇ ਸਾਡੇ ਟਰਾਂਸਪੋਰਟ ਜਿਹੜੇ ਮਿਨਿਸਟਰ ਬਣੇ ਹੋਏ ਆ ਉਹਨਾਂ ਨੇ ਪਬਲਿਕ opinion ਜਾਣਨ ਦੀ ਕੋਸ਼ਿਸ਼ ਕੀਤੀ ਆ ਲੋਕਾਂ ਦੇ ਵਿੱਚ ਰੱਖਿਆ ਕਿ ਦੱਸੋ ਜਿਹੜੀਆਂ ਟਰੱਕ ਯੂਨੀਅਨ ਆ ਉਹ ਬਹਾਲ ਹੋਣੀਆਂ ਚਾਹੀਦੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ ਤੇ ਉਸ ਤੋਂ ਪਹਿਲਾਂ ਅਕਾਲੀ ਦਲ ਵੱਲੋਂ ਕੀ ਆ ਕਿਹਾ ਗਿਆ ਸੀ ਕਿ ਅਸੀਂ ਟਰੱਕ ਯੂਨੀਅਨਾਂ ਬਹਾਲ ਕਰਾਂਗੇ ਹੁਣ ਦੋਸਤੋ ਸਭ ਤੋਂ ਪਹਿਲਾਂ ਤਾਂ ਉਸੇ ਵਿਸ਼ੇ ਤੇ ਮੈਂ ਗੱਲ ਕਰਦਾ ਕਿ ਗੱਲ ਕੀਤੀ ਗਈ ਆ ਕਿ ਟਰੱਕ ਯੂਨੀਅਨਾਂ ਬਹਾਲ ਹੋਣੀਆਂ ਚਾਹੀਦੀਆਂ ਕਿ ਨਹੀਂ ਤੇ ਕੱਲ ਰਾਮਾ ਮੰਡੀ ਦੇ ਵਿੱਚ ਇੱਕ ਇਸ਼ੂ ਕ੍ਰੀਏਟ ਹੋਇਆ ਸੀ ਤੇ ਰਾਮਾ ਮੰਡੀ ਪੂਰੇ ਪੰਜਾਬ ਦੇ ਵਿੱਚ ਗੁੰਡਾ ਟੈਕਸ ਕਰਕੇ ਮਸ਼ਹੂਰ ਹੋਇਆ ਹੋਇਆ ਤੇ ਗੁੰਡਾ ਟੈਕਸ ਕੀ ਆ ਨਾਲੇ ਤਾਂ ਤੁਹਾਨੂੰ ਥੋੜੀ ਸਮਝ ਆ ਜਾਣੀ ਆ ਤੇ ਯੂਨੀਅਨਾਂ ਹੋਣੀਆਂ ਚਾਹੀਦੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ ਇਹਦੇ ਬਾਰੇ ਤੁਸੀਂ ਵਿਚਾਰ ਚਰਚਾ ਜਰੂਰ ਦਿਓ ਤੁਹਾਨੂੰ ਸਾਰਾ ਕੀ ਆ ਉਹਦਾ ਵਰਤਾਂਤ ਦੱਸ ਦਿੰਨਾ ਤੇ ਕੀ ਮਸਲਾ ਕੀ ਆ ਸਾਉ ਤੋਂ ਪਹਿਲਾਂ ਤਾਂ ਮੈਂ ਆਪਣੀ opinion ਦੇ ਵਿੱਚ ਕਹਾ ਤਾਂ ਦੋਸਤੋ ਜੂਨੀਅਨਾਂ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਜੂਨੀਅਨ ਬਣਦੀ ਕਾਦੇ ਵਾਸਤੇ ਆ ਤਾਂ ਕਿ ਲੋਕ ਇਕੱਠੇ ਹੋ ਕੇ ਆਪਣੇ ਹੱਕਾਂ ਦੀ ਲੜਾਈ ਲੜ ਕੇ ਆਪਣੇ ਹੱਕ ਲੈ ਸਕਣ ਉਹਦੇ ਵਾਸਤੇ ਜੂਨੀਅਨ ਦਾ ਹੋਣਾ ਏਕੇ ਦਾ ਹੋਣਾ ਬਹੁਤ ਜ਼ਰੂਰੀ ਆ ਜੂਨੀਅਨ ਏਕੇ ਨੂੰ ਕੀ ਆ ਦਰਸਾਉਂਦੀ ਆ ਪਰ ਅੱਜ ਜੇ ਗੱਲ ਕਰੀਏ ਟਰੱਕ ਜੂਨੀਅਨਾਂ ਦੀ ਉਹ ਭੰਗ ਕਿਉਂ ਹੋ ਰਹੀਆਂ ਨੇ ਲਗਭਗ ਕਈ ਭਰਾ ਜਿਹੜੇ ਕਿ ਉਹਦੇ ਬਾਰੇ ਸਮਝ ਰੱਖਦੇ ਆ ਉਹ ਬਿਹਤਰ ਜਾਣਦੇ ਹੋਣਗੇ ਜਿੰਨਾ ਕਿ ਮੈਂ ਜਾਣਦਾ ਕਿਉਂਕਿ ਮੇਰਾ ਡਿਪਾਰਟਮੈਂਟ ਫੂਡ ਸਪਲਾਈ ਦੇ ਵਿੱਚ ਮੈਂ ਪਣਗਰੇਂ ਦੇ ਵਿੱਚ ਕੰਮ ਕੀਤਾ ਤੇ ਮੈਨੂੰ ਇਹ ਪਤਾ ਕਿ ਜੁਨੀਆਨਾ ਚੱਲ ਕੀ ਰਿਹਾ ਹੁਣ ਰੌਲਾ ਮੈਂ ਸਾਰੇ ਟਰਾਂਸਪੋਰਟਰਾਂ ਨੂੰ ਬੇਨਤੀ ਕਰਦਾ ਜਿਹੜੀਆਂ ਅੱਜ ਜੁਨੀਆਨਾ ਚੱਲ ਰਹੀਆਂ ਨੇ ਲੀਗਲੀ ਤੌਰ ਤੇ ਨਹੀਂ ਚੱਲ ਰਹੀਆਂ ਗੈਰ ਕਾਨੂੰਨੀ ਤੌਰ ਤੇ ਚੱਲ ਰਹੀਆਂ ਨੇ ਕਿਉਂਕਿ ਕੀ ਆ ਜੁਨੀਆਨਾ ਭੰਗ ਕੀਤੀਆਂ ਜਾ ਚੁੱਕੀਆਂ ਪੰਜਾਬ ਦੇ ਵਿੱਚ ਉਹ ਭੰਗ ਕਰਨ ਦਾ ਕਾਰਨ ਕੀ ਸੀ ਵਪਾਰੀ ਤਬਕੇ ਦਾ ਦਬਾ ਸੀ ਤੇ ਜੁਨੀਨ ਕੱਲੀ ਇਹ ਨਹੀਂ ਜੁਨੀਆਨਾ ਬਹੁਤ ਪਹਿਲਾਂ ਖਤਮ ਕੀਤੀਆਂ ਗੰਗਾ ਨੇ ਉਹ ਗੁੰਡਾ ਟੈਕਸ ਕਰਕੇ ਕੀ ਆ ਬੰਦ ਹੋਈਆਂ ਨੇ ਇੱਕ ਪਹਿਲਾ ਮੈਂ ਯੂਨੀਅਨ ਦੀ ਛੋਟੀ ਜੀ ਗੱਲ ਕਰਦਾ ਮੰਡੀਆਂ ਦੇ ਵਿੱਚ ਇੱਕ ਪੱਲੇਦਾਰਾਂ ਦੀ ਯੂਨੀਅਨ ਹੁੰਦੀ ਸੀ ਜਿਹਦੇ ਵਿੱਚ ਜਦੋਂ ਠੇਕਾ ਹੋ ਜਾਂਦਾ ਸੀ ਤਾਂ ਜਦੋਂ ਮੰਡੀਆਂ ਦੇ ਵਿੱਚੋਂ ਅਸੀਂ ਲਿਫਟਿੰਗ ਕਰਾਉਂਦੇ ਹੁੰਦੇ ਸੀ ਟਰੱਕਾਂ ਦੇ ਵਿੱਚ ਮਾਲ ਭਰ ਕੇ ਗਦਾਮਾਂ 'ਚ ਜਾਂਦਾ ਹੁੰਦਾ ਸੀ ਤਾਂ ਉਦੋਂ ਕੀ ਹੈ ਜਿਹੜੇ ਉਸੇ ਠੇਕੇਦਾਰ ਹੁੰਦੇ ਸੀ ਉਹਨਾਂ ਦੀ ਲੇਬਰ ਨਹੀਂ ਉੱਥੇ ਕੰਮ ਪ੍ਰੋਪਰ ਕੀਆ ਹੁੰਦੀ ਸੀ ਤਾਂ ਉਹ ਠੇਕੇਦਾਰ ਆਪ ਕੰਮ ਨਹੀਂ ਕਰਦੇ ਸੀ ਇੱਕ ਬੰਦੇ ਨੂੰ ਮੰਡੀ 'ਚ ਛੱਡ ਦਿੱਤਾ ਜਾਂਦਾ ਸੀ ਤਾਂ ਆੜਤੀਆ ਕੀ ਆਪਣਾ ਪਿੰਡ ਨੂੰ ਖਾਲੀ ਕਰਾਉਣ ਦਾ ਮਾਰਾ ਆਪਣੀ ਲੇਬਰ ਲਾ ਕੇ ਟਰੱਕਾਂ ਦੇ ਵਿੱਚ ਕੀ ਆ ਮਾਲ ਲੋਡ ਕਰ ਦਿੰਦੇ ਸੀ ਪਰ ਉਹਨਾਂ ਦੇ ਜਿਹੜੇ ਮੈਂ ਕਿ ਕਰਿੰਦੇ ਹੁੰਦੇ ਸੀ ਉਹ ਜਾ ਕੇ ਕੀ ਆ ਨਾਲੇ ਦਾ ਡਾਲਾ ਲੈਂਦੇ ਹੁੰਦੇ ਸੀ ਠੀਕ ਹੈ ਡਾਲਾ ਕੀ ਆ ਕਲੀਅਰ ਕਟ ਗੁੰਡਾ ਟੈਕਸ ਹੁੰਦਾ ਸੀ ਜਿਹੜਾ ਲਿਆ ਜਾਂਦਾ ਸੀ ਡਾਲਾ ਲਿਆ ਜਾਂਦਾ ਸੀ ਕਿਉਂਕਿ ਜਿਹੜੇ ਠੇਕੇਦਾਰ ਦੇ ਕੀ ਆ ਨਾਂ ਤੇ ਜਿਹੜੀ ਮੈਂ ਕਿ ਉੱਥੇ ਪੱਲੇਦਾਰ ਕੰਮ ਕਰਦੇ ਹੁੰਦੇ ਸੀ ਉਹਨਾਂ ਦਾ ਇੱਕ ਗਰੁੱਪ ਬਣਿਆ ਸੀ ਮਾਫੀਆ ਉਹ ਠੱਕੇ ਨਾਲ ਉਥੋਂ ਕੀ ਆ ਵਸੂਲਦੇ ਸੀਗੇ ਡਾਲਾ ਡਾਲਾ ਮਤਲਬ ਕੀ ਆ ਖੁਸ਼ੀ ਨਾਲ ਡਰਾਈਵਰ ਦਿੰਦਾ ਹੁੰਦਾ ਸੀ ਪਹਿਲਾਂ ਠੀਕ ਹੈ ਵੀ ਆਪਣੇ ਹੱਲਾਸ਼ੀਰੀ ਦੇ ਤੌਰ ਤੇ ਜਿਹੜੇ ਮਜ਼ਦੂਰ ਭਰਾਵਾਂ ਤੋਂ ਲੋਡ ਕਰਵਾਇਆ ਜਾਂਦਾ ਸੀ ਉਹ ਧੱਕੇ ਨਾਲ ਜ਼ਬਰਦਸਤੀ ਇੱਕ ਬੰਦਾ ਕੱਲਾ ਛੱਡ ਦਿੱਤਾ ਜਾਂਦਾ ਮੰਡੀ 'ਚ ਲੋਡਿੰਗ ਸਾਰੀ ਆੜਤੀਗਿਆਂ ਦੀ ਲੇਬਰ ਕਰਦੀ ਉਹ ਧੱਕੇ ਨਾਲ ਹੀ ਕੀ ਆ ਉਹਦੇ ਤੋਂ ਡਾਲਾ ਵੀ ਲੈਂਦੇ ਤੇ ਨਾਲ ਜਦੋਂ ਬਿੱਲ ਬਣਦੇ ਦਾ ਬਿੱਲ ਫੇਰ ਉਹਨਾਂ ਦੇ ਨਾਂ ਤੇ ਬਣਦੇ ਜਿਨ੍ਹਾਂ ਨੇ ਉਹ ਕੰਮ ਨਹੀਂ ਕੀਤਾ ਹੁੰਦਾ ਸੀ ਉਹ ਗੁੰਡਾ ਟੈਕਸ ਦੋਸਤੋ ਬੰਦ ਕੀਤਾ ਗਿਆ ਪਿਛਲੇ ਸਮੇਂ ਦੇ ਵਿੱਚ ਅੱਜ ਆੜਤੀਆਂ ਨੂੰ ਸਿੱਧੀ ਲੇਬਰ ਕੀ ਆ ਦੇਣ ਲੱਗ ਗਈ ਉਹ ਮਾਫੀਆ ਕੀ ਆ ਖਤਮ ਹੋਇਆ ਹਾਲਾਂਕਿ ਉਹ ਖਤਮ ਨਹੀਂ ਹੋਣਾ ਚਾਹੀਦਾ ਸੀ ਕੰਮ ਤਾਂ ਕਿਤੇ ਨਾ ਕਿਤੇ ਹੋ ਮਾਕੇ ਗਲਤ ਹੋਇਆ ਪਰ ਹੋਇਆ ਕਿਉਂ ਕਿਉਂਕਿ ਉੱਥੇ ਗੁੰਡਾ ਟੈਕਸ ਦੇ ਕੀ ਆ ਮਾਫੀਆ ਖੜਾ ਹੋ ਗਿਆ ਸੀ ਅੱਜ ਟਰੱਕ ਜੂਨੀਅਨਾਂ ਦੇ ਵਿੱਚ ਵੀ ਕੀ ਇੱਕ ਮਾਫੀਆ ਬਣਿਆ ਹੋਇਆ ਤੇ ਉਹ ਮਾਫੀਆ ਲੁੱਟ ਕਿਵੇਂ ਕਰਦਾ ਹੁਣ ਰਾਮਾ ਮੰਡੀ 'ਚ ਕੱਲ ਦੀ ਘਟਨਾ ਜਿਹੜੀ ਉਥੇ ਮਹਾਜਨ ਭਾਈਚਾਰੇ ਨੇ ਦੱਸੀ ਆ ਕਿ ਕਣਕ ਦੀਆਂ ਫੈਕਟਰੀਆਂ ਦੇ ਵਿੱਚੋਂ ਉਥੋਂ ਕਣਕ ਲੋਡ ਕੀਤੀ ਜਾਂਦੀ ਸੀ ਹੁਣ ਉਹਨਾਂ ਨੇ ਕੀ ਆ ਰੇਟ ਵੀ ਮਕਾ ਲਿਆ ਉਹਨਾਂ ਨਾਲ ਦੇਖੋ ਰੇਟ ਵਧੇ ਆ ਟਰੱਕਾਂ ਜੂਨੀਅਨ ਦੇ ਕੀ ਆ ਖਰਚੇ ਵੀ ਬਹੁਤ ਵਧੇ ਆ ਇੱਕ ਇੱਕ ਦੋ ਦੋ ਟਰੱਕਾਂ ਦੇ ਨਾਲ ਲੋਕ ਆਪਣਾ ਪੂਰਾ ਪਰਿਵਾਰ ਪਾਲਦੇ ਆ ਕਿਰਾਇਆ ਵਧਣਾ ਲਾਜ਼ਮੀ ਸੀ ਕਿਰਾਇਆ ਕਹਿੰਦੇ ਬੈਠ ਕੇ ਗੱਲਬਾਤ ਵੀ ਹੋ ਗਈ ਪਰ ਹੁਣ ਕੀ ਸੀ ਕਿ ਉਹਨਾਂ ਨੂੰ ਜਦੋਂ ਲੋੜ ਕੀਆ ਦੋਸਤੋ ਜਦੋਂ ਕਣਕ ਦਾ ਵੀ ਭੇਜਣਾ ਹੁੰਦਾ ਸੀ ਕਿਤੇ 7 ਟਨ ਭੇਜਣਾ ਕਿਤੇ 6 ਟਨ ਭੇਜਣਾ ਤੇ ਟਰੱਕ ਆਪਰੇਟਰ ਟਰੱਕ ਦੇਣ ਵੇਲੇ ਕੀਆ ਡਿਮਾਂਡ ਕਰਦੇ ਸੀ ਕਹਿੰਦੇ ਸਾਨੂੰ ਮੈਂ ਕਿਹਾ ਘੱਟੋ ਘੱਟ ਕੀਆ 30 ਟਨ ਜਾਂ 40 ਟਨ ਮਾਲ ਵਾਸਤੇ ਕੀਆ ਸਾਨੂੰ ਬੁਲਾਓ ਨਹੀਂ ਅਸੀਂ ਜੂਨੀਅਨ ਦੇ ਵਿੱਚੋਂ ਕੀਆ ਗੱਡੀ ਨਹੀਂ ਭੇਜਦੇ ਤੇ ਨਾ ਹੀ ਕਿਸੇ ਦੀ ਗੱਡੀ ਭਰਨ ਦਈਏ ਹੁਣ ਵਪਾਰੀ ਦਾ ਦੋਸਤੋ ਵਪਾਰ ਦਾ ਕੰਮ ਆ ਸੀਜ਼ਨ ਦਾ ਟਾਈਮ ਆ ਤੇ ਇਹ ਟਾਈਮ ਦੇ ਵਿੱਚ ਉਹਨਾਂ ਨੇ 5 ਮਣ 7 ਕੀਆ 5 ਟਨ ਜਾਂ 7 ਟਨ ਦੀ ਪਰ ਭਾਈ ਹੁੰਦੀ ਸੀ ਉਹ 5 ਟਨ 7 ਟਨ ਜਦੋਂ ਮਾਲ ਪਵਾ ਕੇ ਭੇਜਦੇ ਹੁੰਦੇ ਸੀ ਤਾਂ ਉਹਨਾਂ ਨੇ ਕੀ ਆ ਛੋਟੀਆਂ ਗੱਡੀਆਂ ਹਾਇਰ ਕਰ ਲੈਂਦੇ ਸੀ ਤਾਂ ਉੱਥੇ ਕੀ ਆ ਛੋਟੀਆਂ ਗੱਡੀਆਂ ਹਾਇਰ ਕਰਨ ਦੇ ਵੇ ਟਰੱਕਾਂ ਵਾਲੇ ਕੀ ਆ ਦਾਬੇ ਨਾਲ ਦਬਸ਼ ਨਾਲ ਜਾ ਕੇ ਉਹਨਾਂ ਨੂੰ ਕੁੱਟਮਾਰ ਵੀ ਕਰਦੇ ਸੀ ਤੇ ਕੀ ਫੈਕਟਰੀਆਂ 'ਚ ਧੱਕੇ ਨਾਲ ਕੀ ਉੱਥੇ ਜਿਹੜਾ ਮਸਲਾ ਹੀ ਸੀਗੇ ਧੱਕੇ ਨਾਲ ਫੈਕਟਰੀਆਂ ਦੇ ਵਿੱਚ ਕੀ ਆ ਜਾ ਕੇ ਉਹਨਾਂ ਦੀਆਂ ਗੱਡੀਆਂ ਦੇ ਕਾਗਜ਼ ਕੱਢੇ ਗਏ ਕੰਧਾਂ ਟੱਪ ਕੇ ਕੀ ਉਹ ਕੀਤਾ ਗਿਆ ਡਰਾਈਵਰਾਂ ਨੂੰ ਧਮਕਾਇਆ ਗਿਆ ਤੇ ਉਹਨਾਂ ਨੂੰ ਕਹਿੰਦੇ ਕਿ ਪਰਚੀ ਕਟਾਓ ਹੁਣੇ ਪਰਚੀ ਗੁੰਡਾ ਟੈਕਸ ਆ ਦੋਸਤੋ ਇਹਦਾ ਚਲੋ ਛੋਟੇ ਲੈਵਲ ਦੀ ਗੱਲ ਆ ਮੈਂ ਕਹਣਾ ਵੀ ਬਠਿੰਡਾ ਦੇ ਨੇੜੇ ਜਿਹੜਾ ਹੁਣ ਰਿਫਾਇਨਰੀ ਤੁਸੀਂ ਸੋਚ ਨਹੀਂ ਸਕਦੇ ਦੋਸਤੋ ਉੱਥੇ ਗੁੰਡਾ ਟੈਕਸ ਕਿੰਨਾ ਚੱਲਦਾ ਸਾਡੀ ਮਾਨਜੋਗ ਬਧਾਇਕਾ ਇੱਕ ਦਿਨ ਬੋਲੀ ਪ੍ਰੈਸ ਕਾਨਫਰੈਂਸ ਕਰਦੀ ਆ ਤੇ ਅਗਲੇ ਦਿਨ ਕੀ ਆ ਇਹ ਨਹੀਂ ਪਤਾ ਕੀ ਹਿੱਸੇਪੱਤੀ ਤੈਹ ਹੋਈ ਉਸ ਤੋਂ ਬਾਅਦ ਕੀ ਆ ਬਿਲਕੁਲ ਚੁੱਪ ਗੁੰਡਾ ਟੈਕਸ ਬੰਦ ਨਹੀਂ ਹੋਇਆ ਕਿਦੇ ਸੋਚਦੇ ਹੋਊਗੀ ਗੁੰਡਾ ਟੈਕਸ ਹੀ ਬੰਦ ਕਰਾਤਾ ਉਹਨੇ ਇੱਕ ਦਿਨ ਬੋਲ ਕੇ ਗੁੰਡਾ ਟੈਕਸ ਉਹਦੂ ਜ਼ਿਆਦਾ ਕਿਉਂਕਿ ਉਹਦਾ ਵੀ ਰੇਟ ਜਿਹੜਾ ਕੀ ਆ ਵਿੱਚ ਜੋੜਿਆ ਗਿਆ ਉਹ ਉਹ ਕੀ ਆ ਉਹਦੂ ਵਧਾਇਆ ਗਿਆ ਤੇ ਵਧਾਉਣ ਤੋਂ ਬਾਅਦ ਦੋਸਤੋ ਅੱਜ ਵੀ ਉਸੇ ਤਰ੍ਹਾਂ ਕੀ ਆ ਮਾਫੀਆ ਚੱਲ ਰਿਹਾ ਜਿੰਨੀ ਰੈਫਾਇਨਰੀ ਬਣੀਆਂ ਟਰੱਕ ਆਉਂਦੇ ਸੀ ਹ ਜਾਂ ਜਿਹੜਾ ਲੋਹਾ ਜਿਹੜਾ ਵੀ ਕੋਈ ਸਮੱਗਰੀ ਆਉਂਦੀ ਸੀ ਉਹ ਸਾਰੇ ਦੇ ਉੱਤੇ ਕੀ ਆ ਜ਼ੋਰ ਦੇ ਨਾਲ ਪੇ ਪੁਲਿਸ ਪ੍ਰਸ਼ਾਸਨ ਦੇ ਡੰਡੇ ਦੇ ਨਾਲ ਕਿਉਂਕਿ ਉਹਨਾਂ ਨੂੰ ਵੀ ਮੀਨਾ ਚੜਦਾ ਸੀ ਡੰਡੇ ਦੇ ਨਾਲ ਦੋਸਤੋਂ ਉਹਨਾਂ ਤੋਂ ਕੀ ਆ ਪਰਚੀ ਲਈ ਜਾਂਦੀ ਇੱਕ ਟਰੱਕ ਦੇ ਮਗਰ 10000 15 15000 20 20000 ਦੀ ਗੁੰਡਾ ਟੈਕਸ ਕਰਾਇਆ ਜਾਂਦਾ ਸੀ ਤੇ ਤੁਹਾਡੀ ਤੱਕ ਨਹੀਂ ਤੁਸੀਂ ਲਾ ਸਕਦੇ ਘੱਟ ਤੋਂ ਘੱਟ ਕੀ ਇੱਕ ਦਿਨ ਦਾ 50 50 ਲੱਖ ਰੁਪਈਆ ਵੀ ਗੁੰਡਾ ਟੈਕਸ ਲਿਆ ਜਾਂਦਾ ਅੱਜ ਵੀ ਉੱਥੇ ਕੀ ਆ ਉਸੇ ਤਰੀਕੇ ਨਾਲ ਕੰਮ ਚੱਲ ਰਿਹਾ ਹੁਣ ਰੌਲਾ ਵੀ ਜੂਨੀਆ ਨਾ ਖਤਮ ਹੋ ਗਈਆਂ ਹੁਣ ਮੈਂ ਜੂਨੀਅਨ ਵਾਲੇ ਕੀ ਆ ਜਿਹੜੇ ਟਰਾਂਸਪੋਰਟਰ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਹਾਡੇ ਨਾਲ ਵੀ ਪੱਲੇਦਾਰਾਂ ਵਾਲੀ ਹੋਣੀ ਆ ਇੱਕ ਬੇਨਤੀ ਆ ਸਾਰਿਆਂ ਨੂੰ ਕਿ ਕਿਤੇ ਨਾ ਆਂਡੇ ਖਾ ਲੋ ਕਿਤੇ ਮੁਰਗੀ ਨਾ ਮਾਰ ਲਿਓ ਹੁਣ ਮੁਰਗੀ ਮਾਰਤਾ ਪਹਿਲੀ ਕੀ ਆ ਸਰਕਾਰ ਨੇ ਤਾਂ ਕੀ ਆ ਬੰਦ ਕਰਤੀ ਸੀ ਜੂਨੀਅਨ ਜਿਹੜੇ ਭਰਾ ਨਾਲ ਜੁੜਿਆ ਉਹਨਾਂ ਨੂੰ ਬੇਨਤੀ ਕਰਦਾ ਯਾਰ ਇਹ ਕੀ ਆ ਪੋਸਟ ਸ਼ੇਅਰ ਕਰ ਦਿਓ ਤਾਂ ਕਿ ਗੁੰਡਾ ਟੈਕਸ ਦਾ ਜਿਹੜਾ ਨਾ ਇੱਕ ਸਰੋਕਾਰ ਕੀ ਆ ਸਾਡੇ ਨਾਲ ਕਿਵੇਂ ਜੁੜਿਆ ਹੋਇਆ ਉਹ ਸਾਡੇ ਨਾਲ ਵੀ ਜੁੜਿਆ ਹੋਇਆ ਦੋਸਤੋ ਹੁਣ ਅੱਜ ਕੀ ਹੈ ਮੈਂ ਕੱਲ ਕਿਸਾਨਾਂ ਨੂੰ ਵੀ ਬੇਨਤੀ ਕੀਤੀ ਸੀ ਕਿ ਕਣਕ ਦਾ ਬੀਜ ਆ ਰਿਹਾ ਸੀ ਜਿਹਦੇ ਉੱਪਰ ਗੁੰਡਾ ਟੈਕਸ ਗਰਾਉਣ ਦੀ ਕਹਿੰਦੇ ਕੋਸ਼ਿਸ਼ ਕਰ ਰਹੇ ਆ ਮਾਜਨਾ ਵੱਲੋਂ ਦੱਸਿਆ ਗਿਆ ਤੇ ਜੇ ਉਹਨਾਂ ਤੋਂ ਕਰਾਇਆ ਜਾਂਦਾ ਤਾਂ ਅਖੀਰ ਨੂੰ ਜ਼ਿੰਮੇਵਾਰਤ ਹੀ ਪੈਣਾ ਸੀ ਸਾਰਾ ਬੋਝ ਆ ਕੇ ਜੇ ਦੋਸਤੋ ਕੰਜ਼ਿਊਮਰ ਤੇ ਪੈਣਾ ਕੰਜ਼ਿਊਮਰ ਜਿਹੜਾ ਕੀ ਹੈ ਉਪਭੋਗਤਾ ਜੀ ਨੇ ਉਹ ਚੀਜ਼ ਨੂੰ ਵਰਤਣਾ ਇਸ ਕਰਕੇ ਸਾਨੂੰ ਸਾਰਿਆਂ ਨੂੰ ਕੀ ਹੈ ਇਹ ਜੀ ਲੁੱਟ ਤੰਤਰ ਦੇ ਖਿਲਾਫ ਹੋਣਾ ਚਾਹੀਦਾ ਪਰ ਜੂਨੀਅਨਾਂ ਦੇ ਮਸਲੇ ਦੇ ਵਿੱਚ ਜਿਵੇਂ ਪੁੱਛਿਆ ਜਾ ਰਿਹਾ ਮੈਂ ਕਹਣਾ ਅੱਜ ਪੰਜਾਬ ਦੇ ਵਿੱਚ ਜੂਨੀਅਨਾਂ ਨਹੀਂ ਬਣਦੀਆਂ ਹੁਣ ਬਣਦਾ ਕੀ ਆ ਦੋਸਤੋ ਆਪਾਂ ਸਾਰੇ ਜਾਣਦੇ ਆ ਜਿਵੇਂ ਕਿ ਆ ਰਾਜਨੀਤਿਕ ਲੋਕ ਨੇ ਜਿਹੜੇ ਇਹ ਆਪਣੇ ਚਹੇਤਿਆਂ ਨੂੰ ਕੀ ਆ ਕੰਮ ਵੰਡ ਕੇ ਦਿੰਦੇ ਆ ਉਹਨਾਂ ਚੋ ਟਰੱਕ ਯੂਨੀਅਨ ਵੀ ਇੱਕ ਕੰਮ ਉਹ ਕੀ ਆ ਕਿਸੇ ਨਾ ਕਿਸੇ ਬੰਦੇ ਨੂੰ ਦਿੱਤਾ ਜਾਂਦਾ ਤੇ ਜ਼ਿਆਦਾਤਰ ਯੂਨੀਅਨਾਂ 'ਚ ਕੰਮ ਕਰਨ ਵਾਲੇ ਬੰਦਿਆਂ ਕੋਲੇ ਟਰੱਕ ਵੀ ਨਹੀਂ ਹੁੰਦੇ ਜਿਹੜੇ ਕੀ ਆ ਉਹਨਾਂ ਦੇ ਥਾਪੇ ਹੋਏ ਪ੍ਰਧਾਨ ਹੁੰਦੇ ਆ ਉਹ ਫਿਰ ਉੱਥੋਂ ਕੀ ਆ ਉਹਨਾਂ ਨੂੰ ਮਹੀਨਾ ਇਕੱਠਾ ਕਰਕੇ ਦਿੰਦੇ ਆ ਆਪ ਵੀ ਸ਼ੱਕਦੇ ਆ ਤੇ ਉਹਨਾਂ ਨੂੰ ਵੀ ਉਹ ਕਰਦੇ ਆ ਤੇ ਅਸੀਂ ਸਾਰੇ ਜਾਣਦੇ ਆ ਕਿ ਜ਼ਿਆਦਾਤਰ ਟਰੱਕ ਟਰੱਕ ਯੂਨੀਅਨਾਂ ਦੇ ਵਿੱਚ ਜਿੱਥੇ ਕੀ ਆ ਪ੍ਰਧਾਨ ਥਾਪੇ ਜਾਂਦੇ ਆ ਉੱਥੇ ਦੋਸਤੋ ਜਿਹੜੇ ਛੋਟੇ ਟਰਾਂਸਪੋਰਟਰ ਨੇ ਨਾ ਜਿਨ੍ਹਾਂ ਦੇ ਵਿਚਾਲੇ ਕੋਲੇ ਇੱਕ ਇੱਕ ਦੋ ਦੋ ਟਰੱਕ ਜਿਨ੍ਹਾਂ ਦਾ ਘਰ ਉਹਦੇ ਉੱਤੇ ਚੱਲਦਾ ਉਹਨਾਂ ਦੇ ਪੱਲੇ ਕੁਝ ਨਹੀਂ ਪਾਇਆ ਜਾਂਦਾ ਬਲਕਿ ਸੀਜ਼ਨ ਦੇ ਵਿੱਚ ਉਹਨਾਂ ਤੋਂ ਕੀ ਆ ਕੰਮ ਕਰਵਾ ਕੇ ਉਹਨਾਂ ਦੀ ਪੇਮੈਂਟ ਵੀ ਲਮਕਾਈ ਜਾਂਦੀ ਆ ਤੇ ਪੇਮੈਂਟ ਵਰਤਦੇ ਕੌਣ ਆ ਜਿਹੜੇ ਆਪੂ ਥਾਪੇ ਪ੍ਰਧਾਨ ਹੁੰਦੇ ਆ ਜਾਂ ਸਿਆਸੀ ਲੋਕਾਂ ਦੇ ਥੋਪੇ ਵੇ ਪ੍ਰਧਾਨ ਹੁੰਦੇ ਆ ਉਹ ਲੋਕ ਦੋਸਤੋ ਫਿਰ ਕੀ ਉਹਨਾਂ ਦੀ ਪੈਸੇ ਵੀ ਵਰਤਦੇ ਆ ਅੱਜ 95% ਜੇ ਕੀ ਆ ਗੱਲ ਕਰ ਲਈਏ ਤਾ ਮੈਂ ਕਹਣਾ ਵੀ ਜੂਨੀਅਰਾਂ ਦੇ ਆਪ ਦੇ ਜਿਹੜੇ ਕੀ ਆ ਜਿਨ੍ਹਾਂ ਦੇ ਟਰੱਕ ਨੇ ਉਹ ਲੋਕ ਵੀ ਖਿਲਾਫ ਨੇ ਖਿਲਾਫ ਕਿਉਂ ਨੇ ਕਿਉਂਕਿ ਗੁੰਡਾਤੰਤਰ ਚਲਾ ਰੱਖਿਆ ਖਾਂਦੇ ਕੌਣ ਆ 5% ਤੋਂ ਵੀ ਘੱਟ 5 ਛੱਟੋ ਮੈਂ ਕਹਣਾ 2% ਲੋਕ ਹੁੰਦੇ ਆ ਤੇ ਕੀ ਆ ਪੂਰੀ ਜੂਨੀਅਨ ਨੂੰ ਕੀ ਆ ਇੱਕ ਗੁੰਡੇ ਦਾ ਰੂਪ ਦਿੱਤਾ ਜਾਂਦਾ ਜਿੱਥੇ ਕੋਈ ਹੁੰਦਾ ਤਾਂ ਪੂਰੀ ਜੂਨੀਅਨ ਨੂੰ ਨਾਲ ਲਿਆ ਕੇ ਉੱਥੇ ਖੜਾਇਆ ਜਾਂਦਾ ਉਹ ਵਿਚਾਰੇ ਕੀ ਆ ਛੋਟੇ ਜਿਹੜੇ ਮਾਕੇ ਹੈਗੇ ਆ ਟਰੱਕਾਂ ਵਾਲੇ ਉਹਨਾਂ ਨੂੰ ਵੀ ਨਾਲ ਜਾ ਕੇ ਉੱਥੇ ਰਾੜਾਂ ਲੈ ਕੇ ਖੜ ਜਾਂਦੇ ਆ ਜਿੱਥੇ ਡਿਸਪਿਊਟ ਪੈਦਾ ਹੋ ਜਾਂਦਾ ਤਾਂ ਇੱਕ ਕੀ ਆ ਗੁੰਡਾਤੰਤਰ ਬਣਿਆ ਹੋਇਆ ਜਿਹਦਾ ਫਾਇਦਾ ਲਾਹਾ ਸਿਰਫ ਕੀ ਹੈ 1 ਜਾਂ 2% ਲੈਂਦੇ ਆ ਜੂਨੀਅਨਾਂ ਦੋਸਤੋ ਹੋਣੀਆਂ ਚਾਹੀਦੀਆਂ ਨੇ ਪਰ ਸਭ ਤੋਂ ਮਾਰ ਕਿੱਥੇ ਪੈ ਰਹੀ ਹੈ ਕਿ ਜੂਨੀਅਨਾਂ ਦੇ ਵਿੱਚ ਡੈਮੋਕ੍ਰੈਟਿਕ ਤਰੀਕੇ ਨਾਲ ਪ੍ਰਧਾਨ ਨਹੀਂ ਚੁਣਿਆ ਜਾਂਦਾ ਪ੍ਰਧਾਨ ਚੁਣੇ ਕਿਵੇਂ ਜਾਂਦੇ ਆ ਉਹ ਸਿਆਸੀ ਲੋਕ ਚੁਣਦੇ ਆ ਕਦੇ ਵੀ ਕਿਤੇ ਵੀ ਜੂਨੀਆ ਦੇ ਵਿੱਚ ਜ਼ਿਆਦਾਤਰ ਤੁਸੀਂ ਦੇਖੋ ਜਿੱਥੇ ਕੀ ਇਸ ਤਰੀਕੇ ਨਾਲ ਜੇ VOTING ਕਰਕੇ ਪ੍ਰਧਾਨ ਬਣਦਾ ਉਹ ਕਿਤੇ ੱੱਕਾ ਨਹੀਂ ਕਰਦਾ ਉਹ ਸਾਰੇ ਲੋਕਾਂ ਦਾ ਸਾਂਝਾ ਹੁੰਦਾ ਤੇ ਸਾਰੇ ਲੋਕਾਂ ਦਾ ਸੋਚਦਾ ਪਰ ਅੱਜ ਟਰੱਕ ਜੂਨੀਆ ਦੇ ਜਿਹੜੇ ਪ੍ਰਧਾਨ ਬੈਠੇ ਆ ਉਹ ਜਿਹੜੇ ਯੂਨੀਅਨ ਚ ਕੀ ਆ ਟਰੱਕਾਂ ਵਾਲੇ ਆ ਉਹਨਾਂ ਦੇ ਪ੍ਰਧਾਨ ਨਹੀਂ ਉਹਨਾਂ ਨੇ ਚੁਣੇ ਨਹੀਂ ਉਹਨਾਂ ਨੂੰ ਫਿਰ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ ਮਤਲਬ ਕੀ ਆ ਪ੍ਰਧਾਨਗੀ ਤੇ ਬਿਠਾਇਆ ਫਿਰ ਉਹ ਉਹਨਾਂ ਦੇ ਸਕੇ ਹੋਣਗੇ ਥੋੜੇ ਵੀ ਸਕੇ ਨਹੀਂ ਹੁੰਦੇ ਜਿਨ੍ਹਾਂ ਦੇ ਇੱਕ ਦੋ ਦੋ ਟਰੱਕ ਪਾਏ ਹੋਏ ਆ ਜ਼ਿਆਦਾਤਰ ਕੀ ਆ ਪੰਜਾਬ ਦੇ ਵਿੱਚ 98 99% ਉਹ ਨੇ ਪਰ ਆਉਣ ਵਾਲੇ ਸਮੇਂ 'ਚ ਮੈਂ ਕਹਿੰਦਾ ਜੇ ਇਹੀ ਹਾਲਾਤ ਰਹੇ ਤੇ ਅਸੀਂ ਆਪਸ ਵਿੱਚ ਭਾਈਚਾਰਾ ਖਰਾਬ ਕਰ ਲਿਆ ਤਾਂ ਟਰਾਂਸਪੋਰਟਰ ਕੀ ਆ ਪੂਰੀ ਤਰ੍ਹਾਂ ਕਾਰਪੋਰੇਟਾਂ ਦੇ ਹੱਥਾਂ 'ਚ ਜਾਣੀਆਂ ਨੇ ਜਿਨ੍ਹਾਂ ਖਿਲਾਫ ਕਿਸਾਨ ਲੜ ਰਹੇ ਆ ਅੱਜ ਵੀ ਕੀ ਆ ਜੇ ਅਸੀਂ ਦੇਖਿਆ ਜਾਵੇ ਜਿਹੜੇ ਟੈਂਡਰ ਨੇ ਉਹਨਾਂ ਬਾਅਦੇ ਸ਼ਰਤਾਂ ਤੈਅ ਕਰ ਦਿੱਤੀਆਂ ਗਈਆਂ ਕਿ ਕੋਈ ਜੂਨੀਅਨ ਆ ਭੰਗਣੇ ਜਿਹਦਾ 4 ਕਰੋੜ 5 ਕਰੋੜ ਟਰਨਓਵਰ ਹਨਾ ਉਹੀ ਲੋਕ ਟੈਂਡਰ ਪਾ ਸਕਦੇ ਆ ਤੇ ਉਹਨਾਂ ਦੇ ਨਾਂ ਤੇ ਕੀ ਆ ਟੈਂਡਰ ਇਸ਼ੂ ਹੁੰਦਾ ਉਹ ਟੈਂਡਰ ਦੇਸ਼ਕ ਅੱਜ ਫੇਰ ਵੀ ਕਿਤੇ ਨਾ ਕਿਤੇ ਜੂਨੀਅਨਾਂ ਦਾ ਕੀ ਆ ਦੱਬਾ ਚੱਲਦਾ ਪੰਜਾਬ ਦੇ ਵਿੱਚ ਪਰ ਜਿੱਦੇ ਕੀ ਆ ਸਰਕਾਰ ਮਾੜੀ ਜੀ ਸਖਤ ਹੋ ਗਈ ਤੇ ਸਰਕਾਰ 'ਚ ਵਪਾਰੀਆਂ ਦਾ ਜਿੱਦੇ ਫੌ ਪੈ ਗਿਆ ਫੌ ਤਾਂ ਪਿਆ ਹੀ ਆ ਤੇ ਜਿੱਦੇ ਉਹਨਾਂ ਨੇ ਚਾਹਿਆ ਦੋਸਤੋ ਟਰਾਂਸਪੋਰਟਰਾਂ ਨੂੰ ਚੱਕ ਕੇ ਇਹਨਾਂ ਨੇ ਬਾਹਰ ਮਾਰਨਾ ਛੋਟਿਆਂ ਨੂੰ ਜਿਵੇਂ ਅੱਜ ਜੂਨੀਅਰਾਂ ਦੇ ਫੇਰ ਵੀ ਛੋਟੇ ਟਰੱਕ ਵਾਲਿਆਂ ਨੂੰ ਕੰਮ ਮਿਲ ਰਿਹਾ ਫਿਰ ਅਗਲੇ ਵੱਡੇ ਟਰਾਂਸਪੋਰਟਰਾਂ ਦੇ ਹੱਥ 'ਚ ਕੰਮ ਆ ਜਾਣਾ ਉਹਨਾਂ ਨੇ ਨਵੇਂ ਟਰੱਕ ਪਾ ਕੇ ਕੀ ਆਪਣੀ ਮਰਜ਼ੀ ਨਾਲ ਫੇਰ ਕੀ ਆ ਰੇਟ ਲਾਉਣਿਆਂ ਤੇ ਲੁੱਟ ਕਰਨੀਆਂ ਫਿਰ ਛੋਟੇ ਜਿਹੜੇ ਕੀ ਆ ਜਿਨ੍ਹਾਂ ਦੇ ਘਰ ਚੱਲਦੇ ਆ ਨਾ ਸਾਰੇ ਤਬਾਹ ਹੋ ਜਾਣੇ ਆ ਉਹਨਾਂ ਨੇ ਬਣਾ ਚੁੱਕੇ ਆ ਠੀਕ ਆ ਜੇ ਸ਼ਕਤੀ ਨਾਲ ਲਾਗੂ ਨਹੀਂ ਹੋਇਆ ਜੇ ਅਸੀਂ ਇਸੇ ਤਰ੍ਹਾਂ ਗੁੰਡਾਗਰਦੀ ਕਰਾਂਗੇ ਤਾਂ ਵਪਾਰੀ ਹੋਰ ਸਾਡੇ ਨਾਲ ਵਿਰੋਧ ਚਾਉਣਗੇ ਤਾਂ ਉਹ ਚੀਜ਼ਾਂ ਜਦੋਂ ਸਾਡੇ ਤੇ ਲਾਗੂ ਹੋਣਗੀਆਂ ਤਾਂ ਸੋਚ ਕੇ ਦੇਖੋ ਕਿੰਨੇ ਲੋਕਾਂ ਦਾ ਰਜਗਾਰ ਖਸਣਾ ਅਸੀਂ ਜੂਨੀਅਨਾਂ ਦੇ ਮੈਂ ਪੱਖ ਦੇ ਵਿੱਚ ਗੱਲ ਕਰਦਾ ਵੀ ਜੂਨੀਅਨ ਹੋਣੀ ਚਾਹੀਦੀ ਆ ਪਰ ਉਹ ਜੂਨੀਅਨਾਂ ਚੁਣੀਆਂ ਜਿਹੜੀਆਂ ਉਹਨਾਂ ਦੇ ਪ੍ਰਧਾਨਗੀ ਆ ਉਹ ਡੈਮੋਕਰੈਟਿਕ ਤਰੀਕੇ ਨਾਲ ਉਹਨਾਂ ਦੇ ਵਿੱਚੋਂ ਚੁਣਿਆ ਜਾਣਾ ਚਾਹੀਦਾ ਜਿਵੇਂ ਅਸੀਂ ਸਿਆਸਤ ਦੀ ਗੱਲ ਕਰਦੇ ਆ ਕਿ ਅੱਜ ਜਿਹੜਾ ਲੀਡਰ ਜਾਂ ਐਮਐਲਏ ਚੁਣਿਆ ਜਾਂਦਾ ਜਿਹਨੂੰ ਟਿਕਟ ਮਿਲਦੀ ਉਹ ਸਾਡੇ ਚੋਣੇ ਚੁਣਿਆ ਜਾਂਦਾ ਨਾ ਅਸੀਂ ਚੁੰਦੇ ਆ ਉਹਨੂੰ ਕੋਈ ਪਹਿਲਾਂ ਇੱਕ ਚੁਣਦਾ ਜਿਹਨੂੰ ਉਹ ਪਹਿਲਾਂ ਪਿਓ ਮੰਨਦਾ ਫਿਰ ਉਹ ਸਗਾ ਵੀ ਉਸੇ ਦਾ ਹੁੰਦਾ ਉਹ ਸਾਰੇ ਲੋਕਾਂ ਦਾ ਸਗਾ ਨਹੀਂ ਹੁੰਦਾ ਜੂਨੀਅਨਾਂ ਦੇ ਵਿੱਚ ਵੀ ਪ੍ਰਧਾਨਗੀ ਆ ਜੂਨੀਅਰ ਚ ਕੰਮ ਕਰਨ ਵਾਲੇ ਜਿਹੜੇ ਟਰੱਕਾਂ ਵਾਲੇ ਛੋਟੇ ਨੇ ਮਾਕੇ ਭਰਾ ਨੇ ਜਿਨ੍ਹਾਂ ਦੇ ਕੋਲ ਦੋ-ਦੋ ਟਰੱਕ ਪਾਏ ਹੋਏ ਨੇ ਉਹ ਲੋਕ ਹੀ ਆਪਣੇ ਵਿੱਚੋਂ ਪ੍ਰਧਾਨ ਚੁਣਨ ਉਹਨਾਂ ਦੀ ਸਹਿਮਤੀ ਨਾਲ VOTING ਦੇ ਨਾਲ ਜੇ ਪ੍ਰਧਾਨ ਚੁਣੇ ਜਾਣ ਲੱਗ ਗਏ ਮੈਂ ਕਹਿੰਦਾ ਫੇਰ ਦੋਸਤੋ ਡਿਸਪਿਊਟ ਵੀ ਨਹੀਂ ਪੈਦਾ ਹੁੰਦੇ ਕਮੇਟੀਆਂ ਬਣ ਜੀਤੇ ਵਪਾਰੀ ਵਰਗ ਦਾ ਵੀ ਬੰਦਾ ਹੋਵੇ ਹਰ ਤਰ੍ਹਾਂ ਦੇ ਵਪਾਰ ਦਾ ਬੰਦਾ ਲਿਆ ਜਾਵੇ ਉਹਦੇ ਵਿੱਚ ਲੈ ਕੇ ਬੈਠ ਕੇ ਰੇਟ ਤੈਅ ਹੋਣ ਨਹੀਂ ਆਨਲਾਈਨ ਟਾਈਮ ਤੇ ਜੇ ਭਾਈਚਾਰਾ ਖਰਾਬ ਕਰ ਲਿਆ ਨਾ ਤਾਂ ਕਾਰਪੋਰੇਟਾਂ ਨੇ ਇਹ ਪੂਰਾ ਕੰਮ ਫੇਰ ਖਾੜੇ ਤੋਂ ਖੋਹ ਲੈਣਾ ਦੇ ਖੋ ਕੇ ਫਿਰ ਉਹਨਾਂ ਦੇ ਕੋਲੇ ਚਲਿਆ ਜਾਣਾ ਮੁੜ ਕੇ ਜਿੰਨਾ ਮਰਜੀ ਇੱਕ ਦੂਜੇ ਨਾਲ ਲੜਦੇ ਹੋ ਫਿਰ ਦੱਸੋ ਕੀ ਕੱਢਣ ਨੂੰ ਪਾਉਣ ਨੂੰ ਰਹੂਗਾ ਅੱਜ ਜਿਹੜਾ ਗੁੰਡਾ ਟੈਕਸ ਦੀ ਗੱਲ ਕੀਤੀ ਆ ਦੋਸਤੋ ਹੁਣ ਗੁੰਡਾ ਟੈਕਸ ਕੀ ਆ ਧੱਕੇ ਨਾਲ ਲਿਆ ਜਾਂਦਾ ਉਸ ਏਰੀਏ ਦੇ ਕੀ ਆ ਜੁਨੀਅਨਾਂ ਵੱਲੋਂ ਕੀ ਆ ਟਰੱਕ ਯੂਨੀਅਨ ਦੇ ਵਿੱਚ ਜਿਹੜੇ ਕੀ 1-2% ਥਾਪੇਵੇ ਲੋਕ ਨੇ ਇੱਥੇ ਰੈਫਾਇਨਰੀ ਜੀ ਪਿਛਲੇ ਲੰਮੇ ਸਮੇਂ ਤੋਂ ਜਿਹੜੀ ਵੀ ਸਰਕਾਰ ਰਹੀ ਆ ਉਹ ਆਪਦੇ ਪ੍ਰਧਾਨ ਬਣਾ ਲੈਂਦੇ ਸੀ ਤੇ ਉਹ ਪ੍ਰਧਾਨ ਫਿਰ ਜਾ ਕੇ ਉਥੇ ਛੜਕੀ ਆ ਖੜ ਜਾਂਦੇ ਸੀ ਜਦੋਂ ਕੋਈ ਬਰੋ ਸਮਗਰੀ ਆਉਂਦੀ ਜਾਂ ਇਧਰੋਂ ਕੀ ਆ ਸਮਗਰੀ ਰਿਫਾਇਨਰੀ ਚੋਂ ਬੜੇ ਮੋٹے ਰੂਪ ਦੇ ਵਿੱਚ ਦੋਸਤੋ ਅੱਥਰ ਨੂੰ ਹਜ਼ਾਰਾਂ ਟਰੱਕ ਨਿਕਲਦੇ ਆ ਉਹਨਾਂ ਸਾਰੇ ਟਰੱਕਾਂ ਨੂੰ ਯਾਰ ੱੱੱਕੇ ਨਾਲ ਡਾਂਗਦੇ ਜ਼ੋਰ ਨਾਲ ਰੋਕ ਕੇ ਉਹਨਾਂ ਤੋਂ ਕੀ ਆ ਗੁੰਡਾ ਟੈਕਸ ਵਸੂਲਿਆ ਜਾਂਦਾ ਸੀ ਉਹ ਕੋਈ ਜੂਨੀਅਰ ਦੇ ਜਿਹੜੇ ਨਾਲ ਮੈਂਬਰ ਹੁੰਦੇ ਸੀ ਉਹਨਾਂ 'ਚ ਨਹੀਂ ਵੰਡਿਆ ਜਾਂਦਾ ਸੀ ਉਹ ਜਾਂ ਤਾਂ ਉਹਨਾਂ ਦੇ ਆਕਾਣ ਨੂੰ ਜਾਂਦਾ ਸੀ ਜਿਹੜਾ ਉਥੇ ਪ੍ਰਧਾਨ ਥਾਪਦਾ ਹੁੰਦਾ ਸੀ ਜਾਂ ਪ੍ਰਧਾਨਾਂ ਦੀਆਂ ਜੇਬਾਂ 'ਚ ਜਾਂਦਾ ਹੁੰਦਾ ਸੀ ਤੇ ਉਹਨਾਂ ਪ੍ਰਧਾਨਾਂ ਦੇ ਅੱਜ ਤੁਸੀਂ ਘਰ ਦੇਖ ਲਿਓ ਜਿੱਥੇ ਵੀ ਕੋਈ ਵੱਡਾ ਕੰਮ ਚੱਲਿਆ ਜਿਵੇਂ ਸਾਡੇ ਰਿਫਾਇਨਰੀ ਹੋਈ ਆ ਜਿਹੜੇ ਉਸ ਸਮੇਂ 'ਚ ਪ੍ਰਧਾਨ ਰਹੇ ਆ ਦੋਸਤੋ ਉਹਨਾਂ ਦੇ ਜੇ ਘਰ ਜ਼ਮੀਨ ਜਾਇਦਾਦਾਂ ਦੇਖਿਓ ਤੇ ਟਰਾਂਸਪੋਰਟਰ ਦੇਖ ਲਓ ਜਿਹੜੇ ਵਿਚਾਰੇ ਮਗਰ ਉਹਨਾਂ ਦੇ ਖੜੇ ਸੀ ਜਿਨ੍ਹਾਂ ਦੇ ਸਿਰ ਤੇ ਉਹ ਪ੍ਰਧਾਨਗੀ ਕਰਦੇ ਸੀ ਜਿਹੜੇ ਰਾੜਾਂ ਲੈ ਕੇ ਉਹਨਾਂ ਦੇ ਮਗਰ ਜਾਜਾ ਖੜਦੇ ਸੀ ਉਹਨਾਂ ਦੇ ਪੱਲੇ ਕੀ ਪਿਆ ਤਾਂ ਇਸ ਕਰਕੇ ਸਾਨੂੰ ਇਹ ਚੀਜ਼ਾਂ ਵਿਚਾਰਨੀਆਂ ਪੈਣਗੀਆਂ ਕੱਲਾ ਇੱਥੇ ਨਹੀਂ ਖੱਡਾਂ ਦੇ ਵਿੱਚ ਵੀ ਜਿਹੜਾ ਗੁੰਡਾ ਟੈਕਸ ਲਿਆ ਜਾਂਦਾ ਮੈਂ ਅਕਸਰ ਗੱਲ ਕਰਦਾ ਹੁੰਨਾ ਕਿ ਰੇਤਾ ਬਜਰੀ ਦੇ ਵਿੱਚੋਂ ਬਰੇਤੀ ਦੇ ਟਰੱਕ ਭਰੇ ਜਾਂਦੇ ਸੀ ਖੱਡਾਂ ਦੇ ਵਿੱਚੋਂ ਤਾਂ ਉਤੋਕੀਆ ਜਿਹੜੀ ਨਜਾਇਜ਼ ਮਾਈਨਿੰਗ ਹੁੰਦੀ ਸੀ ਉਹ ਚੋ ਵੀ 8-8 10-10 ਹਜ਼ਾਰ ਰੁਪਏ ਦੀ ਇੱਕ ਪਰਚੀ ਲੱਗਦੀ ਆ ਉਹ ਪਰਚੀ ਕਾਦੀ ਆ ਸਰਕਾਰੀ ਨਹੀਂ ਉਹ ਗੁੰਡਾ ਟੈਕਸ ਆ ਜਿਹਦੀ ਸਰਕਾਰ ਦੇ ਟੈਕਸ ਦੀ ਚੋਰੀ ਕੀਤੀ ਜਾਂਦੀ ਆ ਮੈਂ ਕਹਿੰਦਾ ਜੇ ਸਰਕਾਰ ਟੈਕਸ ਇਕਰਾਉਣ ਲੱਗ ਜੇ ਨਾ ਸਹੀ ਰੂਪ ਦੇ ਵਿੱਚ ਤੇ ਉਹਨਾਂ ਨੂੰ ਕੀ ਆ ਪ੍ਰੋਪਰਲੀ ਤੌਰ ਤੇ ਡਿਫੈਂਡ ਕਰਨ ਲੱਗ ਜੇ ਮੈਂ ਕਹਾਂ ਉਹਨਾਂ ਦੀ ਸੁਰੱਖਿਆ ਕਰਨ ਲੱਗ ਜੇ ਤਾਂ ਸਰਕਾਰ ਇੰਨੀ ਕਮਦਨ ਕਮਾ ਸਕਦੀ ਆ ਪਰ ਕੌਣ ਕਹੇ ਰਾਣੀ ਅੱਗਾ ਟੱਕ ਹੁਣ ਉਹ ਕੰਮ ਕਰਨ ਵਾਲਾ ਜਿਹੜਾ 마ਫੀਆ ਉਹ ਤਾਂ ਆਪਨੇ ਹੁਣ ਚੰਨੀ ਸਾਹਿਬ ਨੂੰ ਕਹੇ ਜਾਂਦੇ ਆ ਕੱਲ ਇੱਕ ਬੜੀ ਗੱਲ ਤੇ ਇਸ਼ੂ ਬਣਿਆ ਕਹਿੰਦੇ ਜੀ ਚੰਨੀ ਸਾਹਿਬ ਨੂੰ ਆਪਣੇ ਪ੍ਰਾਈਮ ਏਸ਼ੀਆ ਟੀਵੀ ਤੇ ਬੈਠੇ ਦੀ ਪੰਨੂ ਸਾਹਿਬ ਉਹ ਗੱਲ ਕਰ ਰਹੇ ਸੀ ਭੋਲਾ ਭਾਲਾ ਸੀ ਐਮ ਤਾਂ ਥੱਲੇ ਲੋਕਾਂ ਨੇ ਕਮੈਂਟ ਕੀਤਾ ਸੀ ਉਹਨਾਂ ਦੇ ਏਰੀਏ ਦੇ ਮੈਂ ਜਾਣਦਾ ਉਹਨਾਂ ਨੂੰ ਉਹਨਾਂ ਨੇ ਲਿਖ ਕੇ ਕੀਤਾ ਸੀ ਕਹਿੰਦੇ ਭੋਲਾ ਭਾਲਾ ਕਿਵੇਂ ਕਹਣੇ ਉਹ ਮਾਈਨਿੰਗ ਕਿੰਗ ਆ ਉਹ ਜਿਹੜਾ ਭੋਲਾ ਭਾਲਾ ਸੀ ਮੁੱਖ ਮੰਤਰੀ ਕਹੀ ਜਾਂਦੇ ਆ ਬਹੁਤ ਵੱਡੇ ਲੈਵਲ ਦੇ ਦੋ ਨੰਬਰ ਦੇ ਕੰਮ ਤਾਂ ਸਿਆਸੀ ਲੋਕਾਂ ਦੇ ਆ ਯੂਨੀਅਨਾਂ ਨੂੰ ਚਲਾਉਂਦੇ ਸਿਆਸੀ ਲੋਕ ਨੇ ਉਹਨਾਂ ਦੇ ਦਾਬੇ ਨੇ ਉੱਤੇ ਤੁਸੀਂ ਕਦੇ ਦੇਖ ਲਓ ਜਦੋਂ ਜੂਨੀਅਰ ਦਾ ਰੌਲਾ ਪੈਂਦਾ ਤਾਂ ਨਵੇੜ ਦਾ ਕੌਣ ਆਪਾਂ ਸਾਰੇ ਜਾਣਦੇ ਆ ਇਸ ਕਰਕੇ ਮੈਂ ਇੱਕੋ ਬੇਨਤੀ ਕਰਦਾ ਟਰਾਂਸਪੋਰਟ ਵਾਲੇ ਭਰਾਵਾਂ ਨੂੰ ਕਿ ਜੂਨੀਅਰਾਂ ਜੇ ਤੁਸੀਂ ਕੀ ਆ ਇਸੇ ਤਰੀਕੇ ਨਾਲ ਜੂਨੀਅਰਾਂ ਰਹਿੰਦੀਆਂ ਨਹੀਂ ਅੱਜ ਬੇਸ਼ੱਕ ਕੀ ਆ ਟਰਾਂਸਪੋਰਟ ਜਿਹੜੇ ਕਹਿੰਦੇ ਆ ਅੱਜ ਰਾਜਾ ਬੜਿੰਗ ਨੂੰ ਪੁੱਛ ਰਿਹਾ ਲੋਕਾਂ ਨੂੰ ਓਪੀਨੀਅਨ ਜਾਣ ਰਿਹਾ ਵੀ ਦੱਸੋ ਕੀ ਕਰਨਾ ਚਾਹੀਦਾ ਸਾਰੀ ਉਮਰ ਉਹਨਾਂ ਨੇ ਕਮਿਸ਼ਨ ਖਾਦੇ ਆ ਸਾਰੀ ਉਮਰ ਪ੍ਰਧਾਨ ਥਾਪ ਕੇ ਰੁਪਏ ਖਾਦੇ ਆ ਉਹ ਬਣਾਉਣਗੇ ਪਰ ਬਣਾ ਆਪਦੇ ਲਿਓ ਯੂਨੀਅਨਾਂ ਹੋਣੀਆਂ ਚਾਹੀਦੀਆਂ ਪਰ ਯੂਨੀਅਨਾਂ ਲੋਕਾਂ ਦੀਆਂ ਹੋਣੀਆਂ ਚਾਹੀਦੀਆਂ ਨੇ ਨਹੀਂ ਫਿਰ ਜੇ ਉਹ ਬਣਾਉਣਗੇ ਆਪ ਦੇ ਪ੍ਰਧਾਨ ਬਣਾਉਣਗੇ ਫਿਰ ਆਪ ਦੀਆਂ ਜੇਬਾਂ ਚ ਹੀ ਜਾਊ ਸਾਰਾ ਤੁਹਾਡੇ ਪੱਲੇ ਕੁਝ ਨਹੀਂ ਪੈਣਾ ਤੁਸੀਂ ਤਾਂ ਰਾੜਾਂ ਲੈ ਕੇ ਮਗਰ ਖੜ ਕੇ ਧਰਨੇ ਦੇਣ ਜੋਗੇ ਤੇ ਛੇਤਰੋ ਛਿਤਰੀ ਹੋਣ ਵਾਲੇ ਹੋ ਫਾਇਦਾ ਸਿਰਫ ਕੀ ਆ 2% ਲੋਕਾਂ ਨੇ ਲੈਣਾ ਇਸ ਕਰਕੇ ਮੈਂ ਬੇਨਤੀ ਕਰਦਾ ਯੂਨੀਅਨ ਹੋਣੀ ਚਾਹੀਦੀ ਆ ਪਰ ਯੂਨੀਅਨ ਉਹ ਹੋਣੀ ਚਾਹੀਦੀ ਆ ਜੇ ਉਹ ਨਹੀਂ ਬਣਾ ਸਕਦੇ ਜਿਹੜੀ ਲੋਕਾਂ ਦੇ ਵਿੱਚੋਂ ਲੋਕਾਂ ਦੇ ਰਾਹੀ ਪ੍ਰਧਾਨ ਚੁਣੇ ਜਾਣੇ ਆ ਜੇ ਉਹ ਨਹੀਂ ਬਣਦੀਆਂ ਫਿਰ ਭੰਗ ਹੋਈਆਂ ਚੰਗੀਆਂ ਨੇ ਕਿਉਂਕਿ ਇਹਦੇ ਨਾਲ ਜਿਹੜੀ ਲੁੱਟ ਹੁੰਦੀ ਆ ਉਹ ਸਾਰੀ ਲੁੱਟ ਦਾ ਭਾਰ ਸਾਰੇ ਲੋਕਾਂ ਦੇ ਪੈਂਦਾ ਜਿਹੜਾ ਕਿ ਇਹ ਰੇਤਾ ਬਜਰੀ ਅੱਜ ਮਹਿੰਗਾ ਪੰਜਾਬ 'ਚ ਮਿਲ ਰਿਹਾ ਉਹਦਾ ਕਾਰਨ ਵੀ ਗੁੰਡਾ ਟੈਕਸੀ ਆ ਉਹ ਇਹਨਾਂ ਵਧ ਵਧਾ ਦਿੱਤਾ ਗਿਆ ਅਜ ਮਾਈਨਿੰਗ ਬੰਦ ਨਹੀਂ ਹੋਈ ਚੰਨੀ ਸਾਹਿਬ ਮੁੱਖ ਮੰਤਰੀ ਬਣ ਕੇ ਪੁੱਛ ਕੇ ਦੇਖੋ ਅੱਜ ਵੀ ਦਰਿਆਵਾਂ ਦੇ ਕੰਢੇ ਤੇ ਲੈਣਾ ਲੱਗੀਆਂ ਪਈਆਂ ਨੇ ਨਜਾਇਜ਼ ਮਾਈਨਿੰਗ ਦੀਆਂ ਕੱਖ ਬੰਦ ਨਹੀਂ ਹੋਇਆ ਉਹੀ ਬਾਹਾ ਉਹੀ ਕਹਾੜੀ ਆ ਇਹ ਮਸਲੇ ਜਿਹੜੇ ਕੀ ਐ ਇਸ ਤਰ੍ਹਾਂ ਹੱਲ ਨਹੀਂ ਹੋਣੇ ਉਹ ਹੱਲ ਕਰਨ ਦਾ ਤਰੀਕਾ ਤੁਹਾਡੇ ਨਾਲ ਲੋਕ ਅਧਿਕਾਰ ਲਹਿਰ ਵੱਲੋਂ ਸਾਂਝਾ ਕਰਦੇ ਆਂ ਵਾਰੀ-ਵਾਰੀ ਇੱਥੇ ਵੀ ਕਰਦੇ ਆਂ ਉਨੇ ਵੀ ਰਹਿੰਦੇ ਆਂ ਤਾਂ ਹੁਣ ਮਸਲੇ ਦਾ ਕਈ ਭਰਾ ਕਹਿੰਦੇ ਆ ਤੁਸੀਂ ਮਸਲੇ ਦੀ ਗੱਲ ਕਰਦੇ ਹੋ ਕੱਲ ਮੈਂ ਮਸਲੇ ਦੇ ਹੱਲ ਦੀ ਗੱਲ ਇਹ ਕਰਦਾ ਕਿ ਜੂਨੀਅਨਾਂ ਦੇ ਵਿੱਚ ਜਿਹੜਾ ਕੀ ਆ ਮગર ਖੜੇ ਲੋਕ ਨੇ ਉਹਨਾਂ ਦੇ ਜਿਨ੍ਹਾਂ ਦੇ ਸਿਰ ਤੇ ਉਹ ਕੀ ਆ ਆਪਣੀ ਪ੍ਰਧਾਨਗੀ ਚਲਾਉਂਦੇ ਆ ਤੇ ਹੈਂਕੜੀ ਚਲਾਉਂਦੇ ਆ ਤੇ ਗੁੰਡਾਤੰਤਰ ਕੀ ਆ ਇੱਕ ਮਾਫੀਆ ਬਣਾ ਰੱਖਿਆ ਉਹਦੇ ਮગર ਖੜਨ ਵਾਲੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਆਪਣਾ ਕੀ ਹੈ ਇੱਕ ਤਰੀਕੇ ਨਾਲ ਸਟੈਂਡ ਲੈ ਕੇ ਬਹੁਤ ਥਾਮਾਤੇ ਲਏ ਹੋਏ ਆ ਜੁਨੀਆ ਲੋਕਾਂ ਨੇ ਆਪਣੀਆਂ ਬਣਾਈਆਂ ਹੋਈਆਂ ਨੇ ਪਰ ਜ਼ਿਆਦਾਤਰ ਥਾਮਾਤੇ ਅਸੀਂ ਦੇਖਦੇ ਆ ਕਿ ਸਿਆਸੀ ਲੋਕਾਂ ਦੇ ਪ੍ਰਧਾਨ ਥਾਪੇ ਹੋਏ ਆ ਉਹ ਉਹਨਾਂ ਲੋਕਾਂ ਦੀ ਲੁੱਟ ਲੋਕਾਂ ਦੀ ਦਾ ਕਰਦੇ ਕਰਦੇ ਆਪਦਿਆਂ ਦੀ ਲੁੱਟ ਵੱਧ ਕਰਦੇ ਆ ਉਹਨਾਂ ਦਾ ਆਇਆ ਹੋਇਆ ਰੁਪਈਆ ਛਕਿਆ ਜਾਂਦਾ ਇੱਕ ਛੋਟੀ ਜੀ ਗੱਲ ਦੱਸਦਾ ਦੋਸਤੋ ਆਰਓ ਕੱਟੇ ਜਾਂਦੇ ਆ ਰੀਲੀਜ਼ ਆਰਡਰ ਹੁੰਦੇ ਆ ਬਾਹਰ ਦੂਰ ਵਾਲੀਆਂ ਮੰਡੀਆਂ ਦੇ ਵਿੱਚੋਂ ਕਟਾਇਆ ਲੈ ਜਾਂਦੇ ਆ ਤਾਂ ਟਰੱਕ ਜੂਨੀਅਨ ਦੇ ਪ੍ਰਧਾਨ ਜਦੋਂ ਰੇਟ ਕਰਦੇ ਆ ਆਪਣਾ ਰੇਟ ਅੱਡ ਤੈਅ ਕਰਦੇ ਆ ਜੂਨੀਅਨ ਨੂੰ ਕਹਿ ਦਿੰਦਾ ਕਿ 40 ਰੁਪਏ ਮੰਨ ਲਓ ਕਿਤੇ ਕਿਲੋਮੀਟਰ ਦੇ ਤੈਅ ਕਰਤੇ ਵੀ 40 ਰੁਪਏ ਲੈਣੇ ਆ ਤੇ ਨਾਲ ਕੀ ਆ ਰੇਟ ਕੀਤਾ ਜਾਂਦਾ ਉਥੇ 50 ਰੁਪਏ ਮੰਗਿਆ 60 ਜਾਂਦਾ 50 'ਚ ਗੱਲ ਨਿਬੇੜ ਕੇ ਕੀ ਆ ਜੂਨੀਅਨ ਦੇ ਪੱਲੇ 40 ਰੁਪਏ ਪਾਏ ਜਾਂਦੇ ਆ ਜਿਹੜੇ ਟਰੱਕ ਆਪਰੇਟਰ ਨੇ ਜਿਹੜੇ ਟਰੱਕ ਚਲਾਉਂਦੇ ਆ ਤੇ 10 ਰੁਪਏ ਵਿੱਚ ਜਿਹੜਾ ਕਮਿਸ਼ਨ ਹੁੰਦਾ ਉਹ ਪ੍ਰਧਾਨ ਖਾਂਦੇ ਆ ਕੱਲਾ ਇੱਕ ਥਾਣੀ ਖਾਂਦੇ ਹਰ ਥਾਂ ਖਾਂਦੇ ਆ ਜ਼ਿਆਦਾਤਰ ਕਿਉਂਕਿ ਜਿੰਨਾਂ ਲੋਕਾਂ ਨਾਲ ਮੇਰਾ ਬਾਪ ਆ ਮੈਂ ਕੀ ਉਸ ਚੀਜ਼ ਦਾ ਗ ਔਰ ਰੇਟ ਜਿਹੜੇ ਉਹਨਾਂ ਨੇ ਕੀਤੇ ਆ ਉਹ ਸਾਡੇ ਸਾਹਮਣੇ ਸਾਨੂੰ ਪਤਾ ਹੁੰਦਾ ਕਿ ਰੇਟ ਕੀ ਹੋਇਆ ਕਿਉਂਕਿ ਜਿਹੜੇ ਸੈਲਰਾਂ ਆਲੇ ਆਉਂਦੇ ਸੀਗੇ ਦੂਰੋਂ ਡੇੜੇ ਚੱਕ ਕੇ ਲੈ ਕੇ ਜਾਂਦੇ ਸੀ ਉਹ ਲੋਕ ਕਿਵੇਂ ਰੇਟ ਕਰਦੇ ਆ ਉਹਦੇ ਉਸ ਢਾਂਚੇ ਦੇ ਵਿੱਚ ਕੀ ਅਸੀਂ ਦੇਖਿਆ ਵੇਚਰ ਕੇ ਕਿ ਹੁੰਦਾ ਕੀ ਆ ਟਰਾਂਸਪੋਰਟਰਾਂ ਨੂੰ 10 ਰੁਪਏ ਬੈਠਾ ਕੱਲਾ ਪ੍ਰਧਾਨ ਸੁੱਕਾ ਆਪਦੀ ਪ੍ਰਧਾਨਗੀ ਦੇ ਨਾਂ ਤੇ ਲੈ ਜਾਂਦਾ ਸੀ ਤੇ ਉਹਦੇ ਵਿੱਚੋਂ ਥੋੜੇ-ਮੋਟੇ ਬਿਰ ਤਾਹਾਂ ਵੀ ਜਾਂਦੇ ਸੀ ਜਿਨ੍ਹਾਂ ਨੂੰ ਉਹਨੂੰ ਪ੍ਰਧਾਨ ਬਣਾਇਆ ਹੁੰਦਾ ਸੀ ਇਹ ਕੱਲਾ ਇੱਥੇ ਨਹੀਂ ਹਰ ਥਾਂ ਦੇ ਪੰਜਾਬ ਦੇ ਵਿੱਚ ਵਿਚਰ ਰਿਹਾ ਤੇ ਟਰਾਂਸਪੋਰਟਰਾਂ ਦਾ ਜਿਆਦਾ ਟਾਈਮ ਰਹਿਣੀ ਆ ਨਹੀਂ ਜੇ ਅਸੀਂ ਇਸੇ ਤਰ੍ਹਾਂ ਅੜਫਸ ਕਰਕੇ ਵਪਾਰੀਆਂ ਨੂੰ ਠਿੱਠ ਕਰਦੇ ਰਹੇ ਤੇ ਹੋਰ ਲੋਕਾਂ ਨੂੰ ਠਿੱਠ ਕਰਦੇ ਰਹੇ ਇਸ ਕਰਕੇ ਲੋੜ ਇਹ ਆ ਕਿ ਭਾਈਚਾਰੇ ਨਾਲ ਮਸਲੇ ਨਿਵੇੜੇ ਜਾਣ ਕੱਲ ਵੀ ਭਾਈਚਾਰੇ ਨਾਲ ਮਸਲਾ ਨਿਬੜ ਗਿਆ ਉਹਨਾਂ ਨੇ ਮਾਫੀ ਮੰਗੀ ਜਿਹੜੇ ਕੁਝ ਲੋਕਲ ਬੰਦੇ ਵੀ ਗਲਤ ਬੋਲੇ ਸੀ ਤੇ ਉਹਨਾਂ ਨੇ ਕਹਿਤਾ ਕਿ ਜਿੱਥੋਂ ਮਰਜੀ ਭਰਾਓ ਕਿਉਂਕਿ ਹੁਣ 5-7 ਟਨ ਮਾਲ ਪਿੱਛੇ ਜੇ ਉਹ ਵੱਡਾ ਟਰੱਕ ਹਾਇਰ ਨਹੀਂ ਕਰ ਸਕਦੇ ਤੇ ਜੋ ਛੋਟਾ ਟਰੱਕ ਦਿੰਦੇ ਨਹੀਂ ਤੇ ਜੇ ਪਿਕਅਪ ਜਾਂ ਛੋਟੀ ਗੱਡੀ ਭਾਈ ਜਾਂਦੀ ਉਹਨਾਂ ਤੋਂ ਗੁੰਡਾ ਟੈਕਸ ਕਰਾਇਆ ਜਾਂਦਾ ਪਰਚੀ ਲਈ ਜਾਂਦੀ ਆ ਕਿਉਂ ਬਈ ਉਹ ਪਰਤੀ ਕੀ ਜੁਨੀਅਨ ਚ ਵੰਡੀ ਜਾਂਦੀ ਆ ਕੀ ਜੁਨੀਅਨ ਦੇ ਖਾਤੇ ਚ ਪੈਂਦੀ ਆ ਨਹੀਂ ਪੈਂਦੀ ਉਹ ਖਾਂਦੇ ਕੌਣਾ ਚੰਦ ਕ ਲੋਕ ਖਾਂਦੇ ਨੇ ਉਹਨਾਂ ਲੋਕਾਂ ਨੂੰ ਕੀ ਆ ਤੁਹਾਨੂੰ ਮੈਂ ਕਿ ਤਲਾਹ ਮੈਂ ਕਿ ਪਛਾਣਨਾ ਪਊ ਜਿਵੇਂ ਕਹਿੰਦੇ ਆ ਲਿਵਾਸੇ ਖਿਦਰ ਮੇ ਜਹਾਂ ਰਾਜਨ ਵੀ ਘੁੰਮਤੇ ਹੈ ਜ਼ਮਾਨੇ ਮੇ ਜੀਣਾ ਹੈ ਤੋ ਪਹਿਚਾਨ ਪੈਦਾ ਕਰ ਸਾਨੂੰ ਪਛਾਣਣੇ ਪੈਣਗੇ ਤੇ ਉਹਨਾਂ ਲੋਕਾਂ ਨੂੰ ਲਾਂਬੇ ਕਰਕੇ ਸਾਨੂੰ ਆਪਣੇ ਆਪ ਨੂੰ ਉਹ ਗੱਲ ਵਾਸਤੇ ਚੇਤਨ ਹੋ ਕੇ ਜੁਨੀਅਨਾਂ ਦੇ ਵਿੱਚ ਕੀ ਆ ਆਪਣੇ ਪ੍ਰਧਾਨ ਬਣਾਉਣੇ ਪੈਣਗੇ ਤੇ ਉਹਨਾਂ ਦੇ ਨੁਮਾਇੰਦੇ ਲੈ ਕੇ ਵਪਾਰੀ ਵਰਗ ਦੇ ਹਰ ਵਰਗ ਦੇ ਜਿਹੜਾ ਤੁਹਾਡੇ ਨਾਲ ਜੁੜਿਆ ਹੋਇਆ ਉਹਨਾਂ ਨਾਲ ਬੈਠ ਕੇ ਇੱਕ ਸੰਜੀਦਗੀ ਦੇ ਨਾਲ ਕੀ ਆ ਮਸਲੇ ਹੱਲ ਕਰਨੇ ਪੈਣਗੇ ਤੇ ਜੇ ਇਸ ਤਰ੍ਹਾਂ ਸੀ ਚੱਲਦੇ ਰਹੇ ਤਾਂ ਜਿਆਦਾ ਟਾਈਮ ਨਹੀਂ ਕਿਉਂਕਿ ਕਾਨੂੰਨ ਤਾਂ ਪਹਿਲੀ ਭੰਗ ਕਰ ਚੁੱਕੀਆਂ ਜੁਣੀ ਨਾ ਕਾਨੂੰਨੀ ਤੌਰ ਤੇ ਲੀਗਲੀ ਤੌਰ ਤੇ ਕਿਤੇ ਐਗਜ਼ਿਸਟ ਨਹੀਂ ਕਰਦੀਆਂ ਤੇ ਪੁਲਿਸ ਪ੍ਰਸ਼ਾਸਨ ਕੀ ਆ ਉਹਦੀ ਸਪੋਰਟ ਨਹੀਂ ਕਰ ਸਕਦਾ ਬੇਸ਼ੱਕ ਕਰ ਰਿਹਾ ਨਜਾਇਜ਼ ਤੌਰ ਤੇ ਪਰ ਜਿੱਥੇ ਕੋਈ ਚਾਰਪਰਾ ਸਟੈਂਡ ਵਾਲੇ ਹੋਣ ਤਾਂ ਪੁਲਿਸ ਪ੍ਰਸ਼ਾਸਨ ਨੂੰ ਖੜਦਣਾ ਉਹਨਾਂ ਨਾਲ ਪਊ ਕਿਉਂਕਿ ਉਹ ਤਨਖਾਹਾਂ ਲੈਂਦੇ ਕਾਦੀਆਂ ਨੇ ਪ੍ਰੋਟੈਕਟ ਕਰਨੀਆਂ ਲੈਂਦੇ ਆ ਉਹ ਬੇਸ਼ੱਕ ਗੁੰਡਿਆਂ ਨੂੰ ਉਨਾ ਚਿਰ ਕਰਦੇ ਆ ਪ੍ਰੋਟੈਕਟ ਜਿਹੜੇ ਕੀ ਗੁੰਡਾਗਰਦੀ ਕਰਦੇ ਆ ਜਿੰਨਾ ਚਿਰ ਉਹਨਾਂ ਦਾ ਕੀ ਹੈ ਚੱਲ ਜਾਂਦਾ ਪਰ ਜਦੋਂ ਲੋਕ ਸਿਰ ਜੋੜ ਲੈਂਦੇ ਆ ਤਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਾਨੂੰਨ ਦੇ ਮੁਤਾਬਕ ਕੰਮ ਕਰਨਾ ਪੈਂਦਾ ਇਸ ਕਰਕੇ ਮਿਲ ਜੁਲ ਕੇ ਉਹ ਮਸਲੇ ਨੂੰ ਹੱਲ ਕਰੀਏ ਕਾਰਪੋਰੇਟਾਂ ਨੂੰ ਹਾਵੀ ਨਾ ਹੋਣ ਦਈਏ ਜੂਨੀਅਨਾਂ ਬਹਾਲ ਰੱਖੀਏ ਪਰ ਜੂਨੀਅਨਾਂ ਦੇ ਵਿੱਚ ਤੁਹਾਨੂੰ ਪ੍ਰਧਾਨ ਆਪ ਦੇ ਚੋਣੇ ਪੈਣਗੇ ਸਿਆਸੀ ਲੋਕਾਂ ਨੂੰ ਲਾਂਬੇ ਕਰਨਾ ਪਊਗਾ ਕਿਉਂਕਿ ਤੁਹਾਡਾ ਵਪਾਰ ਆ ਤੁਹਾਡਾ ਬਿਜ਼ਨਸ ਆ ਤੁਹਾਡੇ ਘਰ ਜੁੜੇ ਹੋਇਆ ਤੁਹਾਡੀ ਰੋਟੀ ਦਾ ਮਸਲਾ ਤੇ ਤੁਹਾਡੇ ਚੁੱਲੇ ਦੇ ਉੱਤੇ ਰੋਟੀਆਂ ਕੌਣ ਲਾ ਕੇ ਲੈ ਕੇ ਜਾਂਦਾ ਤੁਹਾਨੂੰ ਬਿਹਤਰ ਪਤਾ ਜਿਹੜੇ ਟਰਾਂਸਪੋਰਟਰ ਸਹਿਮ ਤੋਂ ਉਹ ਵੀ ਸਪੋਰਟ ਕਰਿਓ ਤੇ ਜਿਸ ਗੱਲ ਨਾਲ ਸਹਿਮ ਤੋਂ ਤੇ ਜਿਹੜੇ ਹੋਰ ਭਰਾਣੇ ਉਹ ਵੀ ਇਹ ਪੋਸਟ ਨੂੰ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ